ਗੁੱਡ ਈਵਨਿੰਗ ਟੂ ਆਲ। ਜਿਵੇਂ ਤੁਸੀਂ ਦੇਖਿਆ ਹੋਊਗਾ, ਪਹਿਲਾਂ ਜਿਹੜੀ ਅਸੀਂ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਸੀ, ਉਸੇ ਰਿਵਿਊ ਦੀ ਵੀਡੀਓ ਜਿਹਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਸੀ ਕਿ ਅੱਜ ਦਾ ਜਿਹੜਾ ਇਗਜ਼ਾਮ ਆ ਉਹ ਕਿਸ ਤਰ੍ਹਾਂ ਦਾ ਆਇਆ ਸੀ, ਲਿਸਨਿੰਗ, ਰੀਡਿੰਗ, ਰਾਈਟਿੰਗ ਦਾ ਪੂਰਾ ਓਵਰਆਲ ਅਸੀਂ ਲੈਵਲ ਦੱਸਿਆ ਸੀ। ਅਤੇ ਹੁਣ ਜਿਹੜੀ ਅਸੀਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਉਹ ਹੈ ਲਿਸਨਿੰਗ ਦੇ ਆਨਸਰਸ ਈਵਨਿੰਗ ਸਲੋਟ ਦੇ। ਤਾਂ ਜਿਨ੍ਹਾਂ ਬੱਚਿਆਂ ਨੇ ਈਵਨਿੰਗ ਦੇ ਵਿੱਚ ਇਗਜ਼ਾਮ ਦਿੱਤਾ ਉਹ ਪਲੀਜ਼ ਆਪਦੇ ਆਨਸਰਸ ਚੈੱਕ ਕਰ ਸਕਦੇ ਨੇ, ਉਹ ਦੇਖ ਸਕਦੇ ਨੇ ਕਿੰਨੇ ਕੁ ਸਹੀ ਨੇ ਔਰ ਕਿੰਨੇ ਕੁ ਗਲਤ ਨੇ। ਅਤੇ ਹੁਣ ਜਿਹੜੀ ਅੱਜ ਦੀ ਵੀਡੀਓ ਉਹ ਆਪਾਂ ਸਟਾਰਟ ਕਰਦੇ ਹਾਂ। ਸੋ ਆਨਸਰਸ ਦੇਖਦੇ ਹਾਂ ਆਪਾਂ। ਫਸਟ ਦਾ ਜਿਹੜਾ ਕੋਈ ਆਨਸਰ ਸੀ ਉਹ ਸੀ ਕੋਈ ਕੰਟੈਕਟ ਨੰਬਰ, ਸੈਕਿੰਡ ਦਾ ਜਿਹੜਾ ਆਨਸਰ ਸੀ ਉਹ ਸੀ ਹਸਬੈਂਡ HUSBAND, ਥਰਡ ਦਾ ਜਿਹੜਾ ਆਨਸਰ ਸੀ 40, ਫੋਰਥ ਦਾ ਆਨਸਰ ਸੀ 8 AM, ਫਿਫਥ ਦਾ ਆਨਸਰ ਸੀ ਸਕੁਏਅਰ ਔਰ ਰਾਊਂਡ। ਦੋਨਾਂ ਦੇ ਵਿੱਚੋਂ ਕਨਫਿਊਜ਼ਨ ਉਹ ਤੁਸੀਂ ਦੇਖ ਲਿਓ ਕਿਹੜਾ ਆਨਸਰ ਸਹੀ ਹੈ ਤੁਹਾਡੇ ਅਕੋਰਡਿੰਗ। ਫਿਰ ਉਸ ਤੋਂ ਬਾਅਦ ਸਿਕਸਥ ਦਾ ਜਿਹੜਾ ਆਨਸਰ ਸੀ ਲਾਰਜ LARGE, ਸੈਵਨਥ ਦਾ ਆਨਸਰ ਸੀ ਸਿਲਵਰ SILVER, ਏਟਥ ਦਾ ਆਨਸਰ ਸੀ ਹੀਟਰ HEATER, ਨਾਈਨਥ ਲਾਰਜਰ LARGER, ਟੈਂਥ ਚੋਕਲੇਟ CHOCOLATE। ਫਿਰ ਉਸ ਤੋਂ ਬਾਅਦ 39th ਦਾ ਜਿਹੜਾ ਆਨਸਰ ਸੀ ਉਹ ਸੀ ਹੋਸਪਿਟਲ HOSPITAL, 40 ਦਾ ਆਨਸਰ ਸੀ ਅਕੈਡਮਿਕ ACADEMIC, ਪਲਾਸਟਿਕ ਵੀ ਸੀ ਆਨਸਰ PLASTIC, 10th ਦਾ ਆਨਸਰ ਸੀ ਆਈਸ, ਰੈਬਿਟ ਸੀਕੁਐਂਸ SEQUENCE, ਸਕਰੀਨ ਵੀ ਸੀ ਇੱਕ ਆਨਸਰ SCREEN, ਜੈਂਡਰ GENDER, NAVIGATE, ਲੈਂਗੁਏਜ LANGUAGE, ਲੈਂਗੁਏਜ। ਫਿਰ ਉਸ ਤੋਂ ਬਾਅਦ MCQs ਦੇ ਆਨਸਰ ਦੇਖ ਲੈਂਦੇ ਹਾਂ ਆਪਾਂ। 25th ਦਾ ਆਨਸਰ ਸੀ B, 26th A, 27th A, 28th B, 29th C and 30 A। ਸੋ ਇਹ ਸੀ ਆਨਸਰਸ ਲਿਸਨਿੰਗ ਦੇ, ਜਿੰਨੇ ਵੀ ਸਾਨੂੰ ਪਤਾ ਲੱਗੇ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀ। ਜੇ ਤੁਹਾਨੂੰ ਇਸ ਤੋਂ ਇਲਾਵਾ ਆਨਸਰਸ ਪਤਾ ਨਹੀਂ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ, ਔਰ ਜੇ ਕਿਸੇ ਬੱਚੇ ਨੂੰ ਰੀਡਿੰਗ ਦੇ ਆਨਸਰਸ ਵੀ ਪਤਾ ਨਹੀਂ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ, ਇੰਸਟਾਗ੍ਰਾਮ 'ਤੇ ਫੋਲੋ ਕਰ ਸਕਦੇ ਹੋ। ਔਰ ਪਲੀਜ਼ ਸਾਡੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰੋ। ਥੈਂਕ ਯੂ।